ਮੇਰੇ ਇੱਕ ਬਜ਼ੁਰਗ ਨੇ, ਮੈਂ ਜ਼ਰਾ ਗਿਆ ਇੱਧਰ ਨੂੰ ਨਾ ਆਹ ਚਿੱਟੇ ਜਿਹੇ ਇਲਾਕੇ ਵੱਲੋਂ ਠੰਡੇ ਇਲਾਕੇ 'ਚ, ਅਤੇ ਸਪਿੰਨ ਜਮਾ ਪਿਸ਼ਾਵਰ ਤੁਰੇ ਇੱਕ ਬਜ਼ੁਰਗ ਮਿਲੇ, ਦਾਵਾ ਸੀ ਕਿ ਮੈਂ ਦੁਨੀਆਂ ਦੀ ਹਰ ਚੀਜ਼ ਦਾ ਇਲਮ, ਨਜੂਮ ਦਾ ਇਲਮ, ਹੱਥਾਂ ਦੀ ਲਕੀਰਾਂ ਦਾ ਇਲਮ, ਜਫ਼ਰ ਦਾ ਇਲਮ, ਹਿੰਸਿਆਂ ਦਾ ਇਲਮ, ਫੁਲਾਂ ਇਲਮ, ਫੁਲਾਂ ਨਾਲ ਮੈਂ ਇਹ ਜਾਣੂ, ਮੈਂ ਜੋ ਜਾਣੂ, ਕੋਈ ਆਪਕਾ ਬੰਦਾ ਆਏ ਪੁੱਛੇ, ਮੈਂ ਕਿਹਾ ਜੀ ਜਿਨ੍ਹਾਂ ਨੇ ਆਉਣਾ ਪੁੱਛਣਾ ਉਹਦੇ ਬਾਅਦ ਦੀਆਂ ਗੱਲਾਂ ਨੇ। ਮੇਰੇ ਇੱਕ ਰੋਲਾ ਹੈ ਕਿ ਮੈਨੂੰ ਇੱਕ ਪੈਰਾ ਸਮਝ ਨਹੀਂ ਆਉਣ ਡਿਆ ਇਬਾਰਤ, ਉਹ ਹੱਲ ਕਰਾਉਣੀ, ਅਤੇ ਮੈਂ ਇਬਾਰਤ ਅਰਬੀ ਦੀ ਨਹੀਂ ਰੱਖੀ, ਉਹ ਬਾਅਦ 'ਚ ਆਉਣੀ ਸੀ। ਮੈਂ ਕਿਹਾ ਜੀ ਇੱਕ ਇਬਾਰਤ ਹੈ ਸਾਡੇ ਉੱਧਰ ਜਨੂਬੀ ਪੰਜਾਬ ਦੀ, ਉਹ ਤਾਂ ਜ਼ਰਾ ਹੱਲ ਕਰਿਆ ਜੇ, ਬੋਲੋ ਹਮ ਆਪਕੋ ਬਤਾਏਗਾ। ਹਮਨੇ ਸ਼ੁਰੂ ਕਰੀ, ਲੱਜ ਫਲੇ ਦਾ ਅੰਦਰ ਵੜਦੇ ਤੇ ਬੂਹ ਦਨਾ ਦੇ, ਮੈਂ ਤੂੰ ਡਰਦੇ ਤੇ ਢਿੱਡ ਫੁਲੇ ਦਾ, ਕੋਠੇ ਚੜਦੇ ਤੇ ਠਾਂਦੇ ਉੱਤੋਂ ਨੱਕ ਦੇ ਬਾਹਰ, ਵਾਹ ਵਾਹ ਚੰਦਰਾ ਬੂਦਨ ਯਾਰ ਨੀਵੀ ਕੀਤਾ ਤੂੰ ਨਿਰਵਾਰ। ਇਹ ਕੋਚਾ ਤੁਮ ਕਾ ਬੋਲਤਾ ਹੈ, ਹਮੇ ਇਸਕਾ ਪਤਾ ਨਹੀਂ ਹੈ। ਜੋ ਕਿਸੀ ਕੌਮ ਕੀ ਜ਼ੁਬਾਨ ਬੋਲਤੇ ਹੋਏ ਉਸਕੇ ਜੁਮਲੇ ਨਾ ਸਮਝ ਸਕੇ, ਯੇ ਮੜਾ ਹਮਕੋ ਸਮਝ ਨਹੀਂ ਆਤਾ। ਮੈਂ ਕਿਹਾ ਇਸਨੇ ਆਪਣਾ ਦਰਦ ਬਿਆਨ ਕੀਆ, ਤੁਮੇ ਸਮਝ ਨਹੀਂ ਆਤਾ, ਉਸਕਾ ਦਰਦ ਕਿਆ ਸਮਝੇਗਾ, ਉਸਕੋ ਦਵਾ ਕਿਆ ਦੇਗਾ, ਦਾਰੂ ਕਿਆ ਦੇਗਾ। ਓਏ ਜਾ ਪਤਾ ਕਰ, ਜਿਸਨੇ ਗੂੰਗੂ ਕੀ ਜ਼ੁਬਾਨੇ ਦੇ ਕੇ ਵੀ ਉਹਨੇ ਬੋਲਨੇ ਕੀ ਤਾਕਤ ਨਹੀਂ ਦੀ, ਵੋ ਉਨਕੇ ਮਨ ਕੇ ਰਾਜ਼ ਕੈਸੇ ਜਾਣਤਾ ਹੈ। ਦੇਖ ਨਾ ਸਕਨੇ ਵਾਲੋਂ ਕੋ ਖਾਬ ਦਿਖਾਨੇ ਵਾਲਾ ਵੋ, ਬੋਲ ਨਾ ਸਕਨੇ ਵਾਲੋਂ ਕੇ ਮਨ ਕੇ ਰਾਜ਼ ਸਮਝਨੇ ਵਾਲਾ ਵੋ। ਓਏ ਉਹਨੂੰ ਛੱਡ ਕੇ ਕਿੱਥੇ ਟੁਰ ਗਏ, ਉਹ ਆਈ ਦਾਵਤ ਜੇ ਸਾਡੀ ਆਈ ਨਹੀਂ, ਉਹਦੇ ਕੋਲ ਆ ਜਾਓ, ਜਿਹੜਾ ਹਾਲੇ ਮਨ ਖਿਆਲ 'ਚ ਪਹੁੰਚਿਆ ਵੀ ਨਾ ਹੋਵੇ ਤੇ ਇੱਧਰ ਆਇਆ ਵੀ ਨਾ ਹੋਵੇ ਤੇ ਪਹਿਲੇ ਜਾਣਦਾ ਹੋਵੇ, ਉਸ ਸਾਹਿਬ ਇਲਮ ਕੋਲ ਆ ਜਾਓ। ਇਹ ਆਇਤੁਲ ਕੁਰਸੀ ਵਲਾ ਯੁਹੀਦੂਨ ਬਿਸ਼ੈਇਨ ਮਿਨ ਇਲਮ ਇਲਾ ਬਿਮਾ ਸ਼ਾ ਵਸਿਆ ਕੁਰਸੀਉ ਸਮਾਵਾਤਿ ਵਲ ਅਰਜ਼। ਮੈਂ ਐਵੇਂ ਨਹੀਂ ਸੀ ਆਖਿਆ ਸਰ ਜੀ, ਇੱਕ ਬਾਬਾ ਦੇ ਦਿਓ ਜੀ ਦੀ ਕੁਰਸੀ, ਠੀਕ ਹੈ। ਸਾਈਆਂ ਨੇ ਕਹਿ ਦਿੱਤਾ ਟਾਈਮ ਪੂਰਾ ਹੋ ਗਿਆ, ਤੇ ਜਿਹਨੂੰ ਉੱਠਣਾ ਪੈ ਜਾਏ ਤੇ ਉਹਦਾ ਟਾਈਮ ਪੂਰਾ ਹੋ ਜਾਏ ਉਹ ਮਾਬੂਦ ਨਹੀਂ ਹੋ ਸਕਦਾ। ਨਹੀਂ ਨਹੀਂ ਮੈਂ ਮਿਸਾਲ ਦੇਣ ਡਿਆ, ਤੁਸੀਂ ਪਰੇਸ਼ਾਨ ਹੋ ਗਏ, ਵਕੀਲ ਹੋ ਯਾਰ, ਸਰ ਜੀ ਜਿਤਨੀ ਮਰਜ਼ੀ ਮੋਹਲਤ ਦੇ ਦਿਓ, ਆਖਿਰ ਕਬ ਤੱਕ ਕੋਈ ਹੈ ਜੋ ਨਿਜ਼ਾਮੇ ਹਸਤੀ ਚਲਾ ਰਹਾ ਹੈ, ਵਹਦਹੁ ਲਾ ਸ਼ਰੀਕ ਅੱਲਾ ਵਸਿਅ ਕੁਰਸੀਯੁਹੁ ਸਮਾਵਾਤਿ ਵਲ ਅਰਜ਼, ਉਹ ਜਿਸ ਕੀ ਕੁਰਸੀ ਜ਼ਮੀਨ ਔਰ ਆਸਮਾਨ ਸੇ ਬੜੀ ਹੋ ਉਸੇ ਸਜਦਾ ਕਰ ਦੇਨਾ। ਪਤਾ ਕਰ ਸਾਇੰਸ ਸੇ ਵਾਸਾ ਨੇ ਮਾਨਾ ਹੈ ਜ਼ਮੀਨ ਕਿਤਨੀ ਬੜੀ ਹੈ, ਕੁਰਾਨ ਨੇ ਕਹਾ ਜਿਨੋ ਇਨਸ ਭਾਗ ਕੇ ਨਿਕਲ ਕੇ ਦਿਖਾਓ ਨਿਕਲ ਨਹੀਂ ਸਕਤੇ। ਵਾਸਾ ਕਹਤਾ ਹੈ ਨੌ ਸਿਆਰੋ ਮੇਂ, ਯੇ ਨਿਜ਼ਾਮੇ ਸ਼ਮਸੀ ਮੇਂ ਨੌ ਸਿਆਰੇ, ਏਕ ਗੈਰ ਹਾਜ਼ਰ ਰਹਤਾ ਥਾ ਪਲੋਟੋ, 2006 ਮੇਂ ਉਸੇ ਸਟਕ ਆਫ ਕਰਕੇ ਨਾਮ ਖਾਰਿਜ ਕਰ ਦਿਆ, ਬਾਕੀ ਰਹਿ ਗਏ ਆਠ, ਉਨ ਆਠ ਮੇਂ ਏਕ ਮੁਸ਼ਤਰੀ ਮਾਰ, ਉਸਕੇ ਅੰਦਰ 1300 ਜ਼ਮੀਨ ਡਾਲ ਦੋ ਵੋ ਫਿਰ ਵੀ ਬੜਾ, ਏਕ ਮੁਸ਼ਤਰੀ ਕੇ ਪੇਟ ਮੇਂ 1300 ਜ਼ਮੀਨੇ, ਫਿਰ 1000 ਮੁਸ਼ਤਰੀ ਯੇ ਮਿਲਾ ਕੇ ਸੂਰਜ ਮੇਂ ਡਾਲੋ, ਸੂਰਜ ਫਿਰ ਵੀ ਬੜਾ, 4 ਕਰੋੜ ਸੂਰਜ, ਹਰ ਸੂਰਜ ਕੇ ਪੇਟ ਮੇਂ 1000 ਮੁਸ਼ਤਰੀ, ਹਰ ਮੁਸ਼ਤਰੀ ਕੇ ਪੇਟ ਮੇਂ 1300 ਜ਼ਮੀਨੇ, ਤਰੰਗੜ ਜੋ 3 ਸਿਤਾਰੇ ਰਾਤ ਕੋ ਲਾਈਨ ਮੇਂ ਆਏ, ਇਨਕੇ ਦਰਮਿਆਨੀ ਸਿਆਰੇ ਮੇਂ 4 ਕਰੋੜ ਸੂਰਜ ਡਾਲੋ ਵੋ ਸਿਤਾਰਾ ਫਿਰ ਵੀ ਬੜਾ, ਇਤਨੀ ਬੜੀ ਕਹਕਸ਼ਾਓ ਕਾ ਮਾਲਿਕ, ਗਲੈਕਸੀਜ਼ ਕਾ ਮਾਲਿਕ, ਇਨਕੋ ਚਲਾਨੇ ਵਾਲਾ ਉਨਕੀ ਕੁਰਸੀ ਇਸ ਸੇ ਵੀ ਬੜੀ।